ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਮੇਰੇ ਸਬਸਕ੍ਰਾਈਬਰ ਜਿੰਨੇ ਵੀ ਹੈਗੇ ਥੈਂਕ ਯੂ ਕਰਦਾ ਪੂਰੇ ਵਰਲਡ ਦਾ ਤੈਨਾਂ ਦਾ ਤੁਹਾਨੂੰ ਬਾਦੀਆਂ ਤੇ ਬਾਕੀ ਆਪਾਂ ਪਾਣੀਆਂ ਦੀ ਗੱਲ ਕਰਨੀ ਆ ਪਾਣੀ 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 ਲਾਈ ਪਈ ਆ ਹੈ ਪਾਣੀ ਤੁਹਾਨੂੰ ਪਤਾ ਬਈ ਪਾਣੀ ਤਾਂ ਚਾਹੀਦਾ ਹੀ ਆ ਸਾਨੂੰ ਤੇ ਬਾਕੀ ਇੱਕ ਦਿਨ ਆਉਂਦਾ ਹੁੰਦਾ ਜਦੋਂ ਬੀਬੀਆਂ ਪਾਣੀ ਦਾ ਆਪਣਾ ਗਲਾਸ ਲੈ ਕੇ ਇਦਾਂ ਸੂਰਜ ਬਾਨ ਨੂੰ ਕਰਦੀਆਂ ਨੇ ਤੇ ਮਾਹੀ ਦੀ ਸੁੱਖ ਸੁੱਖ ਦੀਆਂ ਨਹੀਂ ਹੁੰਦੀਆਂ ਵੀ ਪਾਣੀ ਛਾੜ ਕੇ ਵੀ ਮਾਹੀ ਨੂੰ ਸ਼ਾਂਤ ਕਰਦੀਆਂ ਹੁੰਦੀਆਂ ਨੇ ਦੱਸੋ ਮੈਨੂੰ ਮਾਰਾ ਪੂਰੇ ਇੰਡੀਆ ਦੇ ਵਿੱਚ ਘਟੋ ਘਟ ਨਹੀਂ ਤੇ 40 50 ਕਰੋੜ ਲੀਟਰ ਪਾਣੀ ਇਹ ਆ ਗਲਾਸ ਦੇ ਨਾਲੇ ਵੇਸਟ ਕਰ ਦਿੰਦੇ ਆ ਤੇ ਮਾਹੀ ਆਉਣਗੇ ਠੰਡੇ ਹੋਣਗੇ ਮਾਹੀ ਤੇ ਮਸੀ ਦਾ ਇਹਨਾਂ ਦੇ ਮਾਹੀ ਗਰਮ ਹੋ ਕੇ ਘਰੋਂ ਬਾਹਰ ਨੂੰ ਜਾਂਦੇ ਨੇ ਬਾਹਰੋਂ ਫਿਰ ਉਹ ਗਰਮ ਹੋ ਕੇ ਆਉਂਦੇ ਨੇ ਬਾਹਰੋਂ ਆਉਂਦੇ ਨੇ ਗਰਮ ਹੋ ਕੇ ਘਰੋਂ ਠੰਡੇ ਹੋ ਕੇ ਜਾਂਦੇ ਨੇ ਤੇ ਮਸੀ ਉਹ ਨਸ਼ਾ ਪੱਤਾ ਬੀੜੀ ਭੁੱਕੀ ਫੀਮ ਕਿਸੇ ਤੋਂ ਮੰਗ ਕੇ ਧਾਰੀ ਕੋਈ ਆਪ ਲੈ ਕੇ ਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਖਾ ਕੇ ਮੱਛੀਆਂ ਖਾ ਕੇ ਬਾ ਪੈਗ ਫੁਗਲਾ ਕੇ ਤੇ ਮਸੀ ਗਰਮ ਹੋ ਕੇ ਆਉਂਦੇ ਨੇ ਤੇ ਉਹਨਾਂ ਨੂੰ ਇਹ ਠੰਡਾ ਕਰਦਿਆਂ ਦੱਸੋ ਇਹਨਾਂ ਨਸ਼ਾ ਕਰਦੇ ਨੇ ਪੈਸਾ ਵੇਸਟ ਕਰਦੇ ਨੇ ਗਰਮੀ ਲਿਆਉਣ ਵਾਸਤੇ ਤੇ ਤੁਸੀਂ ਤੁਹਾਡੀ ਸੋਚ ਉਹਨਾਂ ਨੂੰ ਠੰਡੇ ਕਰਨ ਦੀ ਇਹ ਠੰਡੇ ਠੰਡੇ ਨਹੀਂਗੇ ਹੁਣ ਹੈਗੇ ਇਹਨਾਂ ਨੂੰ ਗਰਮੀ ਰਹਿਣ ਦਿਓ ਤੁਸੀ ਠੰਡੀਆਂ ਚੰਗੀਆਂ ਲੱਗਦੀਆਂ ਤੁਹਾਡੇ ਚ ਗਰਮੀ ਹੋਵੇ ਉਹ ਨਹੀਂ ਚੰਗੀ ਲੱਗਦੀ ਤੁਸੀ ਗਾਲਾਂ ਗੋਲਾਂ ਇਹਨਾਂ ਨੂੰ ਕੱਢੋਗੇ ਠੀਕ ਹੈ ਮਸਾਂ ਵਿਚਾਰੇ ਗਰਮ ਹੁੰਦੇ ਨੇ ਤੇ ਇਹਨਾਂ ਨੂੰ ਠੰਡੀਆਂ ਕਰ ਦਿਆ ਨੇ ਠੀਕ ਹੈ ਤੇ ਫੇਰ ਜਿੱਥੇ ਜੀ ਕਰਦਾ ਇਹਨਾਂ ਦਾ ਬੰਦਿਆ ਧਰਨਾ ਲਾਉਣਾ ਸ਼ੁਰੂ ਕਰ ਬੰਦਦੇ ਨੇ ਚਾਰ ਕੁਦਰੀਆਂ ਬਿਚਾ ਲਈਆਂ ਪੰਜ ਕੁਦਰੀਆਂ ਇੱਥੇ ਬਿਚਾ ਲਈਆਂ ਦੋ ਕੁ ਸਪੀਕਰ ਲਾ ਲੈ ਇੱਕ ਚਾਹ ਦੀ ਦੇਗ ਜੀ ਬਣਾ ਲਈ ਉੱਥੇ ਹਾਂ ਤੇ ਧਰਨਾ ਉਨੇ ਕੋ ਸਟਾਰਟ ਆ ਇਹਨਾਂ ਦਾ ਠੀਕ ਆ ਸਾਡਾ ਪਾਣੀ ਲੈ ਗਿਆ ਸਾਡਾ ਪਾਣੀ ਮੱਕ ਗਿਆ ਪਾਣੀ ਤੁਹਾਨੂੰ ਰੱਖਣਾ ਨਹੀਂ ਗਾਉਂਦਾ ਹੈਗਾ ਹੈ ਤੇ ਮੈਨੂੰ ਮਾੜਾ 90 ਕੁਐਂਟਰ ਪਾਣੀ ਦੇ ਨਾਲ ਇਹ ਕੱਦੂ ਵਾਲਾ ਟਰੈਕਟਰ ਤੁਸੀਂ ਧੋਨੇ ਠੀਕ ਹੈ ਤੇ 20 ਕੁ ਕੁਮਾਂਟਰ ਦੇ ਨਾਲ ਤੁਸੀਂ ਝੋਟਾ ਨਣਾਉਣੇ ਨੇ ਧਾਰ ਸਿੱਧੀ ਰੱਖਿਓ ਉਹਦੇ ਉੱਤੇ ਤੇ ਬਾਕੀ 5-4 ਕੁਐਂਟਰ ਨਾਲ ਉਹਨੇ ਕੱਟੇ ਬੱਸੀਆਂ ਲੱਗੇ ਹੁੰਦੇ ਨਣਾਉਣ ਤਗਾਣ ਦੇ ਪਾਣੀ ਹੈ ਨਹੀਂ ਸਾਡੇ ਕੋਲ ਫਿਰ ਝੋਨਾ ਲਾਉਂਦੇ ਨੇ ਲੱਖਾਂ ਲੀਟਰ ਪਾਣੀ ਉਹ ਵੇਸਟ ਹੋ ਜਾਂਦਾ ਇੱਕ ਵਾਰੀ ਚ ਪਾਣੀ ਲਾਉਣਾ ਤੇ ਝੋਨੇ ਨੂੰ ਤੇ ਲੱਖ ਕਿ ਲੀਟਰ ਲੱਗ ਜਾਂਦਾ ਠੀਕ ਹੈ ਤੇ ਪਾਣੀ ਇਸ ਤਰ੍ਹਾਂ ਵੇਸਟ ਹੁੰਦਾ ਤੇ ਸਾਡੇ ਬਾਹਰ ਜਿੰਨੀਆਂ ਵੀ ਕੰਟਰੀਆਂ ਪਾਣੀ ਜਿੰਨਾ ਗੱਡੀਆਂ ਧੋਂਦੇ ਨੇ ਉਨਾ ਹੀ ਪਾਣੀ ਦੁਬਾਰਾ ਸਾਫ਼ ਹੋ ਕੇ ਫਿਰ ਟੈਂਕ ਵਿੱਚ ਆਈ ਜਾਂਦਾ ਉਹਦੇ ਨਾਲ ਹੀ ਧੋਂਦੇ ਨੇ ਪਾਣੀ ਤੁਹਾਡੇ ਕੋਲ ਇੱਥੇ ਕੀ ਕਰੇ ਫਿਰ ਧਰਨੇ ਲਾਉਂਦੇ ਨੂੰ ਪਾਣੀ ਸਾਡਾ ਹਰਿਆਣਾ ਲੈ ਕੇ ਆਓ ਜੀ ਪਾਣੀ ਸਾਡਾ ਰਾਜਸਥਾਨ ਲੈ ਕੇ ਆਓ ਸਾਡਾ ਪਾਣੀ ਤੇ ਹੱਕ ਆ ਹੈ ਤੇ ਉਦਾਂ ਤੁਸੀਂ ਕਹਿੰਦੇ ਹਰਿਆਣਾ ਸਾਡਾ ਭਰਾ ਆ ਛੋਟਾ ਭਾਈ ਆ ਤੇ ਜੇ ਥੋੜਾ ਜਿਹਾ ਪਾਣੀ ਲੈ ਗਿਆ ਤੇ ਪਰੋਂ ਨੂੰ ਕੀ ਤੇ ਫਿਰ ਭਾਈ ਕਿਉਂ ਕਹਿੰਦੇ ਹੋ ਫਿਰ ਰਹਿਣ ਦਿਓ ਇੱਕ ਪਾਸੇ ਸਾਡਾ ਭਰਾ ਆ ਦੂਜੇ ਪਾਸੇ ਪਾਣੀ ਨਹੀਂ ਦਿੱਜਿਆ ਸਕਦਾ ਪਾਣੀ ਸਾਡਾ ਆ ਸਾਨੂੰ ਪਾਣੀ ਚਾਹੀਦਾ ਲੈ ਦੂਜੇ ਪਾਸੇ ਸਾਡਾ ਭਾਈ ਹੈ ਬੰਦੇ ਤੁਹਾਡੇ ਆ ਸੋਚ ਇਹ ਨਾ ਬੰਦਿਆਂ ਦੀ ਪਾਣੀ ਸੀਵਰੇਜ ਸਿਸਟਮ ਪੂਰੇ ਹੋਣਾ ਚਾਹੀਦਾ ਇਹ ਨਹੀਂ ਵੀ ਤੁਸੀਂ ਮੱਝਾਂ ਲੜਾਈਆਂ ਦੂਸਰਾ ਪਾਣੀ ਗੋਹੇ ਵਾਲਾ ਵਿੱਚ ਇਹ ਸੀਵਰੇਜ ਵਿੱਚ ਪਾ ਦਿੱਤਾ ਮੋਰੇ ਸੀਵਰੇਜ ਬੰਦ ਹੈ ਅੱਗੇ ਔਰ ਡਰੇਨਾਂ ਚ ਜਾਈ ਜਾਂਦਾ ਆ ਕੋਈ ਸਿਸਟਮ ਹੈ ਫੇਰ ਕਹਿੰਦੇ ਮੋਦੀ ਸਰਕਾਰ ਮਾੜੀ ਹੈ ਮਾੜੇ ਦਾ ਇਹ ਆ ਜਿਹੜੇ ਥੱਲੇ ਹੁੰਦੇ ਨੇ ਉਹਦਾ ਪੈਸਾ ਦੇ ਰਿਆ ਉਤੋਂ ਪੂਰਾ ਸਿਸਟਮ ਚਲਾਉਣ ਵਾਸਤੇ ਤੁਹਾਨੂੰ ਤੇ ਤੁਸੀਂ ਆਪ ਹੀ ਫੇਰ ਫੇਰੀਆਂ ਕਰੀ ਜਾਂਦੇ ਨੇ ਹੈ ਪਾਣੀ ਦੇ ਬੈਲ ਸਾਡੇ ਰੋਕ ਲਿਆ ਦੋ ਗੱਕਰੇ ਮੌਲੇ ਜਾਂ ਬੰਦੇ ਤੁਹਾਨੂੰ ਪਤਾ ਲੱਗ ਜਣਾ ਇੱਕ ਤਾਂ ਜੇਲ੍ਹ ਚ ਚਲੇ ਗਿਆ ਇੱਕ ਉਹਦੇ ਬਾਹਰ ਹੀ ਫਿਰਦਾ ਹੁੰਦਾ ਹੈ ਪਾਣੀ ਸਾਡਾ ਲੈ ਤੇ ਤੁਹਾਡਾ ਪਾਣੀ ਕਿੱਥੋਂ ਪਾਣੀ ਦਾ ਹਮਾਸਟਰ ਤੋਂ ਪਿੱਛੋਂ ਆ ਰਿਹਾ ਤੁਸੀਂ ਮਾਮੇ ਲੱਗਦੇ ਪਾਣੀ ਦੇ ਤੁਹਾਨੂੰ ਬੈਲ ਦੇ ਗਵਰਨਮੈਂਟ ਤੇ ਜਿਹੜੇ ਅੱਗੇ ਆਪਣੇ ਦਿੰਦੇ ਆ ਤੁਹਾਨੂੰ ਗਵਰਨਮੈਂਟ ਦੇ ਰਹੀ ਆ ਪੈਸਾ ਦੇ ਰਹੀ ਆ ਪੰਜਾਬ ਵਾਸਤੇ ਉਹ ਕਿੱਥੇ ਲਾ ਦਿੱਤਾ ਤੁਸੀਂ ਉਹ ਆ ਮੰਤਰੀ ਨੇ ਤੁਹਾਡੇ ਨੇ ਲਾਇਆ ਹਾਂ ਆ ਕੈਪਟਨ ਦੀ ਸਰਕਾਰ ਵਿੱਚ ਬਥੇਰੀ ਹੀ ਰੈਫਰੀ ਕੀਤੀ ਹੈ ਤੇ ਜੇ ਉਹ ਬੈਲ ਤੁਹਾਨੂੰ ਦੇ ਵੀ ਦਿੰਦੀ ਆ ਸੈਂਟਰ ਤੁਹਾਨੂੰ ਪਾਣੀ ਦਾ ਖਰਚਾ ਦੇ ਵੀ ਦਿੰਦੀ ਤੁਸੀਂ ਰੱਖਣਾ ਹੀ ਕੋਈ ਆਪ ਹੀ ਖਰਦਵਾਰ ਕਰਨੀ ਹਾਂ ਤੁਸੀਂ ਤੁਹਾਡੇ ਆਪ ਉਹ ਲਾਉਣ ਦੇ ਹੈ ਸਿਸਟਮ ਤੇ ਤੁਸੀਂ ਕੋਈ ਪ੍ਰੋਜੈਕਟ ਵੱਡੇ ਵੱਡੇ ਲਾਉਂਗੇ ਇੰਡਸਟਰੀ ਵੱਡੇ ਵੱਡੇ ਲਾਉਂਗੇ ਵੱਡੇ ਵੱਡੀ ਹੈਲਪ ਕਰੋਗੇ ਤੁਸੀਂ ਗਰੀਬਾਂ ਬੰਦਿਆਂ ਦੇ ਹੈ ਸ਼ਾਮ ਲਫਟ ਜਗਾ ਉੱਤੇ ਉਹ ਤੁਸੀਂ ਦੋਗੇ ਗਰੀਬਾਂ ਨੂੰ ਇਹ ਤੁਹਾਡੀ ਸੋਚ ਹੈ ਜੇ ਪਾਣੀ ਦਾ ਬਿੱਲ ਦੇ ਦਿੱਤਾ ਗਵਰਨਮੈਂਟ ਨੇ ਤੁਹਾਨੂੰ ਤੁਹਾਨੂੰ ਦੇਣਾ ਉਹਨਾਂ ਪਤਾ ਤੁਸੀਂ ਹਰਾਨ ਦੀ ਸੋਚ ਹੈ ਤੁਹਾਡੀ ਗਧੇ ਤੁਸੀਂ ਹੈਗੇ ਕਿਸੇ ਕਿਸ ਹੰਦਾ ਖੂਸੇ ਸਿਰੇ ਦੇ ਤੁਸੀਂ ਲੀਟਰ ਤੁਸੀਂ ਪੈਸਾ ਖੁਰਦ-ਵਾਰ ਤੋਂ ਹੀ ਕਰਨਾ ਤੁਸੀਂ ਤੁਸੀਂ ਕਿਹੜੇ ਬਾਹਰਲੇ ਲੀਟਰ ਇੱਥੇ ਵੀ ਲਾ ਦੇਣਾ ਹੂੰ ਸਾਡਾ ਪਾਣੀ ਤੇ ਫੇਰ ਆ ਮੈਂ ਪਿੱਛੇ ਕਰ ਪਾਰਸੋਂ ਖਬਰ ਪੜੀ ਆ ਹਿਾਰਪੁਰ ਦੀ ਉੱਥੇ ਕੋਈ ਸਰਪੰਚ ਸਾਹਿਬ ਸੀ ਤੇ ਉਹਦਾ ਕਿਸੇ ਨੇ ਗੋਲੀਆਂ ਮਾਰ ਕੇ ਉਹਦੀ ਡੈਥ ਕਰ ਦਿੱਤੀ ਤੇ ਆ ਇਹਨਾਂ ਦੀਆਂ ਸੋਚਾਂ ਬਣ ਲੈਣੀਆਂ ਤੇ ਉਹਦਾ ਕਹਿੰਦੇ ਅਸਲਾ ਸਾਡੇ ਕੋਲ ਚਾਹੀਦਾ ਤੇ ਅਸਲਾ ਤੁਹਾਨੂੰ ਰੱਖਣ ਦੀ ਜਰੂਰਤ ਤਾਂ ਕੋਈ ਹੈ ਨਹੀਂਗੇ ਤੇ ਅਸਲੇ ਨਾਲ ਆਹੀ ਕੰਮ ਕਰਨ ਨੇ ਸਾਡੇ ਉੱਤੇ ਗੋਲੀਆਂ ਚਲਾਉਣੀਆਂ ਤੁਸੀਂ ਹੋਰ ਤਾਂ ਕੋਈ ਕਾਰਨ ਨਹੀਂ ਜਿੰਨੇ ਬੰਦੇ ਨੇ ਇੱਥੇ ਇਹਨਾਂ ਕੋਲ ਅਸਲਾ ਹੋਣਾ ਨਹੀਂ ਚਾਹੀਦਾ ਇਹ ਕੋਈ ਸਰਕਾਰੀ ਨੌਕਰੀਆਂ ਦੇ ਲੱਗੋ ਆ ਜਿਹੜੇ ਆ ਪ੍ਰਧਾਨ ਹੋ ਕੋਈ ਗੁਰਦੁਆਰਿਆਂ ਦੇ ਬਣੇ ਵੱਡੇ-ਵੱਡੇ ਜਾਂ ਕੋਈ ਹੋਰ ਧਾਰਮਿਕ ਸਥਾਨਾਂ ਦੇ ਪ੍ਰਧਾਨ ਨੇ ਇਹਨਾਂ ਨੇ ਅਸਲਾ ਜਾਨੀ ਕਿ ਕਾਫੀ ਅਸਲਾ ਰੱਖਿਆ ਗੱਡੀਆਂ ਇਹਨਾਂ ਦੀ ਅਸਲੇ ਨਾਲ ਭਰੀਆਂ ਹੁੰਦੀਆਂ ਠੀਕ ਹੈ ਤੇ ਇਹਨਾਂ ਨੂੰ ਅਸਲਾ ਚਾਹੀਦਾ ਕਾਦੇ ਵਾਸਤੇ ਚਾਹੀਦਾ ਦੱਸਣ ਤਾਂ ਸਹੀ ਬੇਲੜ ਲੋਕ ਆ ਤੁਸੀਂ ਕੰਮ ਤੁਹਾਨੂੰ ਨੂੰ ਕੋਈ ਆਉਂਦਾ ਹੈਗਾ ਕਾਰਨਾ ਡਿਗਰੀ ਤੁਹਾਡੇ ਕੋਲ ਨਹੀਂ ਉਦੋਂ ਤੁਹਾਡੇ ਨਿਆਣੇ ਨੇ ਜਿੱਦਾਂ ਦੇ ਤੁਸੀਂ ਆਸਲਾ ਚੱਕ ਕੇ ਉਹਦੇ ਗੋਲੀ ਚੰਗੇ ਭਲੇ ਇੰਜੀਨੀਅਰ ਬੰਦੇ ਦੇ ਮਾਰ ਦੰਨੇ ਹਨ ਅਨਪੜ ਬੰਦਾ ਹੈ ਤੇ ਇਹਨਾਂ ਦੇ ਅਸਲੇ ਖੋਏ ਜਾਣੇ ਚਾਹੀਦੇ ਸਾਰਿਆਂ ਦੇ ਇਹਨਾਂ ਦੇਣੇ ਨਹੀਂ ਚਾਹੀਦੇ ਕੋਈ ਗੜਾਸੀ ਟਕੂਏ ਦਾ ਕੋਈ ਕੋਈ ਕੰਮ ਹੀ ਨਹੀਂ ਰਹਾ ਤੇ ਜੇ ਫਿਰ ਅਸਲਾ ਤੁਹਾਨੂੰ ਚਾਹੀਦਾ ਤਾਂ ਫਿਰ ਸਾਰਿਆਂ ਬੰਦਿਆਂ ਨੂੰ ਚਾਹੀਦਾ ਫਿਰ ਦਿਓ ਕੱਲੇ ਕੱਲੇ ਨੂੰ ਗ੍ਰਨੇਡ ਦਿਓ ਫਿਰ ਮਾੜੇ ਮੋٹے ਕਸਲੇ ਨਾਲ ਨਹੀਂ ਸਰਨ ਫਿਰ 10 ਦਾ 20 ਵੀ ਗ੍ਰਨੇਡ ਕੱਲਾ ਕੱਲਾ ਜੇਬ ਦੇ ਵਿੱਚ ਪਾ ਕੇ ਰੱਖੇ ਇੱਥੇ ਫਿਰ ਮਰੋ ਤੁਸੀਂ ਆਪਸ ਵਿੱਚ ਸ਼ਾਮ ਨੂੰ ਲੜ ਲੜ ਕੇ ਠੀਕ ਹੈ ਨਾ ਸਾਨੂੰ ਸਾਰੀ ਕੋਈ ਖੁਸ਼ੀ ਮਨਾਉਣੀ ਆਉਂਦੀ ਆ ਨਾ ਸਾਨੂੰ ਕੋਈ ਭੰਗੜਾ ਪਾਉਣਾ ਆਉਂਦਾ ਜੇ ਖੁਸ਼ੀ ਮਨਾਉਣੀ ਆ ਤਾਂ ਉਥੇ ਤੁਸੀਂ ਗਾਮੀ ਮਨਾ ਦਿੰਦੇ ਹਾਂ ਜਿੱਥੇ ਗਾਮੀਆਂ ਹੋਣੇ ਉਥੇ ਸਾਰੇ ਖੁਸ਼ੀਆਂ ਮਨਾਉਣ ਲੱਪੈਂਦੇ ਨੇ ਆਹ ਕੰਮ ਹੈ ਵਿਆਹ ਕਰਾਉਂਦੇ ਨੇ ਮੁੰਡੇ ਦਾ ਵਿਆਹ ਤੇ 20-25 ਲੱਖ ਰੁਪਏ ਲਾ ਦਿੰਦੇ ਨੇ ਗਰੀਬਣੀ ਕੁੜੀ ਆ 25-30 ਉਹਦਾ ਲਵਾ ਦਿੰਦੇ ਨੇ ਤੇ ਭੰਗੜੇ ਪਾਉਣੇ ਗਾਣੇ ਖੁਸ਼ੀਆਂ ਦੇ ਨਾਲ ਬਾਰ-ਬਾਰ ਨਹੀਂ ਆਉਣਾ ਇੱਕੋ ਹੀ ਵਾਰੀ ਆਉਂਦਾ ਹੁੰਦਾ ਸਾਡੇ ਉਹ ਰੁਈਦਨ ਤੁਹਾਨੂੰ ਬਰਬਾਦੀ ਕਰ ਦਿੰਦਾ ਤੁਹਾਡੇ 50 ਲੱਖ ਰੁਪਇਆ ਕੋਈ ਕੰਮ ਸਟਾਰਟ ਕਰ ਲਓ ਉਹਦੇ ਨਾਲ ਤੁਸੀਂ ਜਿਹੜਾ ਇੱਕ ਦਿਨ ਦੇ ਵਿੱਚ ਵੇਸਟ ਕਰਨ ਦਾਜ ਨੇ ਆਉਂਦੀ ਹੈ ਜਨਾਨੀ ਆਉਂਦੀ ਹੈ ਸੱਤ ਬਿਸਤਰੇ ਭਾਂਡੇ ਕੀ ਹੋ ਫਰਿਜ ਲਟਰੋਂ ਪਟਰੋਂ ਹੈ ਕਈ ਕੁਸੀ ਪਰਸਾ ਏਅਰ ਕੰਡੀਸ਼ਨਰ ਗੱਡੀਆਂ ਮੋਟਰਸਾਈਕਲ ਉਹ ਲੈ ਕੇ ਆਉਂਦੀ ਸੱਤ ਬਿਸਤਰੇ ਸੱਤ ਰਜਾਈਆਂ ਲੈ ਪਸੋਣਾ ਉਹ ਖਾਸਮ ਦੀ ਆਪਣੀ ਏਕਰ ਜਾਈ ਵਿੱਚ ਇਹ ਜਿਹੜਾ ਸਾਲਾ ਹੈਗਾ ਆਮਲੀਨ ਛੜੀ ਜਿੱਦਾਂ ਦਾ ਤੂੰ ਲੱਭ ਡੱਬਿਆ ਤੇਰੇ ਲਈ ਉਹਨਾਂ ਨੇ ਮੋਸਕ ਸਾਲਾ ਮਾਰਦਾ ਉਹ ਹੁੰਦਾ ਹੈ ਤੇ ਦਾਜ ਦੇਖੋ ਕਿੰਨਾ ਮੰਗਦਾ ਜਿਹੜੇ ਦਾਜੀ ਮੈਂ ਉਹਨਾਂ ਨੂੰ ਕਹਿਣਾ ਹੈ ਉਹਦੀ ਰਿਜਾਇਚੇ ਬਾਣ ਲਾ ਜਾ ਕੇ ਭੁੱਕੀ ਵਾਲੇ ਦੀ ਚ ਉੱਤੇ ਇੱਕ ਉਹਦੇ ਵਿੱਚ ਸੌਂ ਜਾਈ ਗਿਆ ਸੱਤ ਜਿਹੜੀਆਂ ਲੈ ਕੇ ਚੱਲ ਰਹੀਆਂ ਇਹ ਕਿਹਦੇ ਵਾਸਤੇ ਆਇਆ ਗਿਆ ਤੇ ਤੁਹਾਡੇ ਬੜੇ ਆਏ ਗਏ ਰਹੇ ਨੇ ਹੂੰ ਉਹਦੇ ਆਪਣਾ ਖਰਚ ਨਹੀਂ ਪੂਰਾ ਹੋਣਾ। ਅਮਲੀ ਦਾ ਫੀਮ ਫੂਮ ਖਾਈ ਜਾਣੀ ਉਹਨੇ। ਉਹਨਾਂ ਦਾ ਪੈਸਾ ਬੇਸਟ 25-30 ਲਾ ਫਿਰ ਡੀਜੇ ਦੇ ਲਾਉਂਦੇ ਨੇ। 50 ਕੋ ਖਤਮ ਕਰ ਦਉਂਦੇ ਨੇ। 50 ਤੋਂ ਬਾਅਦ ਫਿਰ ਜਦੋਂ ਮੱਕ ਮੱਕੂ ਜਾਂਦਾ ਪਹਿਲਾਂ ਸੁਨਿਆਰਿਆ ਨੂੰ ਸੋਨਾ ਵੇਚਿਆ ਹੁੰਦਾ ਆਰਤੀਓ ਪੈਸੇ ਫੜੇ ਹੁੰਦੇ ਕੋ ਮਾਰ ਲਈ ਪੰਜ ਚਾਰ ਕ ਸਾਲੇ ਜ਼ਮੀਨ ਵੇਚ ਦਿੰਦੇ। ਉਹਨਾਂ ਦਾ ਵਿਆਹ ਕਰ ਦਿੰਦੇ। ਆਹ ਕੰਨ ਹੈ ਨ ਕੋਈ ਨਹੀਂ। ਫੇਰ ਜੇ ਆਮ ਦਿਨਾਂ ਮਹੀਨੇ ਬਾਅਦ ਉਹ ਜਿਹੜੇ ਪੈਸੇ ਮਿਲਿਓ ਹੁੰਦੇ ਨੇ ਉਹ ਝੋਲੀ ਵਿੱਚ ਪਾਏ ਹੁੰਦੇ ਨਾ ਇਹਨਾਂ ਤੇ ਮੁੰਡੇ ਕੁੜੀ ਦੇ ਥੋੜੇ ਥੋੜੇ ਉਹ ਫਿਰ ਸਾਰੇ ਪੇਟੀਆਂ ਤੋਂ ਕੱਢ ਕੇ ਉਹਨਾਂ ਦਾ ਗੁਜ਼ਾਰਾ ਚੱਲਣਾ ਸ਼ੁਰੂ ਹੋ ਜਾਂਦਾ ਘਰ ਦਾ ਉਹ ਤੋਂ ਬਾਅਦ ਵੀ ਖਤਮ کہانی ਫਿਰ ਦੋ ਘੰਟੇ ਆਣੇ ਹੋ ਜਾਂਦੇ ਫਿਰ ਅੱਡ ਬਾਪੂ ਕਿਸੇ ਮਾਂ ਤੇ ਕਿਸੇ ਰੌਲਾ ਪਿਰਦਾ ਤੇ ਕਹਾਣੀ ਖਤਮ ਹੋ ਜਾਂਦੀ ਜੇ ਤੇ ਉਹ ਚੰਗਾ ਕੰਮ ਕਰੂਗਾ ਠੀਕ ਹੈ ਨਹੀਂ ਤੇ ਜਨਾਨੀ ਘਰੋਂ ਭੱਜ ਜਾਂਦੀ ਤੇ ਬਾਪ ਨੂੰ ਬਾਹਰ ਫਿਰਦੇ ਨੇ ਪੱਗਾਂ ਰੋਲਦੀਆਂ ਇਹਨਾਂ ਦੀ ਸਰਦਾਰੀਆਂ ਦੇਖ ਲੈ ਉਹਨਾਂ ਦੀ ਘਰੋਂ ਮਾਂ ਪੇ ਬਾਹਰ ਕੱਢ ਦਿੰਦੇ ਨੇ ਮਾਂ ਰੋਲਦੀ ਆ ਸੜਕਾਂ ਦੇ ਵਿੱਚ ਗੁਰਦੁਆਰੇ ਕਦੇ ਹੋਰ ਧਾਰਮਿਕ ਜਗ੍ਹਾ ਤੋਂ ਰੋਟੀਆਂ ਖਾ ਕੇ ਆਉਂਦੇ ਨੇ 43 ਲੱਖ ਰੁਪਏ ਲਾ ਕੇ ਫਿਰ ਉਹਨਾਂ ਨੂੰ ਬਾਹਰ ਨੂੰ ਇੱਧਰ ਆਉਣਾ ਬਾਹਰ ਦੇ ਵਿੱਚ ਇਹਨਾਂ ਨੇ ਇੱਥੇ ਝੰਡੇ ਗੱਡਨੇ ਬਾਹਰ ਆ ਕੇ ਤੁਸੀਂ ਆਪਣੀ ਕੰਟਰੀ ਵਿੱਚ ਤੁਹਾਨੂੰ ਸ਼ਰਮ ਆਉਂਦੀ ਕੰਮ ਕਰਦਿਆਂ ਨੂੰ ਬਾਹਰ ਜਿੰਨੇ ਵੀ ਅਸੀਂ ਆਇਆ ਹਾਂ ਅਸੀਂ ਇੰਡੀਆ ਦੇ ਸ਼ਰਮ ਦੇ ਮਾਰੇ ਆਇਆ ਹਾਂ ਵੀ ਸਾਨੂੰ ਕੋਈ ਕੰਮ ਕਰਦਾ ਬੰਦਾ ਦੇਖਣਾ ਲੱਵੇ ਅਸੀਂ ਬਾਹਰ ਆਉਣੇ ਇੱਥੇ ਸਾਨੂੰ ਕੋਈ ਸ਼ਰਮ ਨਹੀਂ ਜਿੱਦਾਂ ਦਾ ਕੰਮ ਆ ਅਸੀਂ ਹੱਥ ਪਾ ਲਈਦਾ ਠੀਕ ਆ ਬੰਦਾ ਮਿਲਦਾ ਹੀ ਨਹੀਂ ਜੇ ਮਿਲ ਜਵੇ ਤਾਂ ਬਹੁਤ ਵਧੀਆ ਕੋਈ ਤੁਹਾਨੂੰ ਦੇ ਦੇਵੇ ਕੋ ਗੋਰਾ ਕੰਮ ਠੀਕ ਹੈ ਵਧੀਆ ਥੈਂਕ ਯੂ ਮੈਂ ਕਰਦਾ ਉਹ ਗੋਰੇ ਦੇ ਵੀ ਤੁਹਾਡੇ ਵੀ ਕਰਦਾ ਉਹ ਜਿਹੜੇ ਕੰਮ ਤੇ ਲੱਗੇ ਤੁਸੀਂ ਹਣਕੇ ਠੀਕ ਹੈ ਫਿਰ ਜਿੱਦਾਂ ਮਰਜੀ ਆ ਗੰਦਾ ਮੰਦਾ ਸਫਾਈ ਜੋ ਮਰਜੀ ਆ ਆਪਣੇ ਲੱਕ ਪਾਉਣੀ ਖੇਤਾਂ ਵਿੱਚ ਲਣਾ ਚੱਲੀ ਜਾਣਾ ਠੀਕ ਹੈ ਕਣੇ ਇੱਥੇ ਸਾਨੂੰ ਸ਼ਰਮ ਨਹੀਂ ਆਉਂਦੀ ਕੰਮ ਕਰਦਿਆਂ। ਤਾਂ ਅਸੀਂ ਤਰੱਕੀ ਕਰ ਜਾਂਦੇ ਆ। ਇੰਡੀਆ ਵਿੱਚ ਸਾਨੂੰ ਸ਼ਰਮ ਆਉਂਦੀ ਇੱਥੇ ਨਾ ਕੰਮ ਕਰਦਿਆਂ ਤੇ ਤਾਂ ਸਾਡੀ ਤਰੱਕੀ ਨਹੀਂ ਗੀ ਹੁੰਦੀ। ਤੁਸੀਂ ਮਾਮੇ ਪਾਣੀ ਦੇ ਲਾਗਦੇ ਪਾਣੀ ਹਿਮਾਚਲ ਤੋਂ ਪਿੱਛੋਂ ਆ ਰਿਹਾ। ਕੱਲ ਨੂੰ ਹਿਮਾਚਲ ਕਹੂਗਾ ਵੀ ਸਾਡਾ ਆ ਪਾਣੀ ਇਹ। ਸਾਨੂੰ ਤੁਸੀਂ ਬੈਲ ਦਿਓ। ਉਹ ਸ਼ੁਕਰ ਕਰਦਾ ਤੁਹਾਨੂੰ ਪਾਣੀ ਫ੍ਰੀ ਚ ਦੇ ਰਿਹਾ ਪੰਜਾਬ ਨੂੰ ਥੋੜਾ ਬਹੁਤ ਤੁਹਾਡਾ ਸਰੀ ਜੰਦਾ ਹੈ। ਉਹ ਤਾਂ ਰੋੜੀ ਨਹੀਂ ਪਾਈ ਹਿਮਾਚਲ ਨੇ ਵੀ ਪਾਣੀ ਸਾਡਾ ਪਿੱਛੋਂ ਆ ਰਿਹਾ। ਸਾਨੂੰ ਬੈਲ ਦਿੱਤਾ ਜਾਵੇ ਤੇ ਇਹਨਾਂ ਨੂੰ ਬੈਲ ਦੇਣਾ ਚਾਹੀਦਾ ਤੁਹਾਨੂੰ ਹੂੰ ਵੀ ਸਾਡੇ ਇਹ ਬੈਲ ਸਾਨੂੰ ਦਾ ਪੇ ਅਸੀਂ ਇਹ ਬੈਲ ਆਪਣੀਆਂ ਜੇਬਾਂ ਵਿੱਚ ਪਾਈਏ ਗੱਡੀਆਂ ਲਈ ਕੋਠੀਆਂ ਵੱਡੀਆਂ ਵੱਡੀਆਂ ਪਾਈਏ ਆਦਾ ਕੁਸੇ ਜੇ ਸਾਡੇ ਸੀਐਮ ਆ ਜਾਂਦੇ ਨੇ ਆ ਵਿੱਚੇ ਕਾਲੀ ਦੇ ਵਿੱਚੇ ਭਗਵਾਨਤਮਾ ਵਿੱਚੇ ਕਾਂਗਰਸੀ ਵਿੱਚੇ ਹੋਰ ਹੋਣੇ ਆ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਨਹੀਂਗੀ ਬਿਲਕੁਲ ਦੇਸ਼ ਬਾਰੇ ਹੂੰ ਤੁਹਾਡੀ ਜਮੀਰ ਜਾਗਦੀ ਆਪਣੇ ਵਾਸਤੇ ਕ੍ਰਿਮੀਨਲ ਤੁਸੀਂ ਲੀਡਰ ਹੈ ਹਰਨਾਮ ਦੇ ਰੇਪ ਤੁਸੀਂ ਜਨਾਨੀਆਂ ਦਾ ਕਾਰ ਕਰਕੇ ਅੰਦਰ ਜਾਣੇ ਨੇ ਬਾਬੇ ਜਿਨੇ ਉਹ ਕ੍ਰਿਮੀਨਲ ਘੂਸੇ ਹੋ ਇੱਥੇ ਹੈ ਬੱਚੇ ਮੰਤਰੀ ਤੁਸੀਂ ਉਹਨਾਂ ਵਿੱਚੋਂ ਤੁਸੀਂ ਤੁਸੀਂ ਸਾਡਾ ਭਲਾ ਕਰਨਾ ਤੁਸੀਂ ਸਿਰਫ ਆਪਣੀ ਲਾਤ ਦਾ ਭਰਾ ਕਰ ਸਕਦੇ ਸਾਡਾ ਨਹੀਂ ਕਰ ਸਕਦੇ ਇਹਨਾਂ ਨੂੰ ਪਾਣੀ ਦੇ ਦਿਓ ਇਹਨਾਂ ਨੂੰ ਕੋਈ ਮੰਗ ਨਹੀਂ ਜਿੱਥੇ ਜਲਕਾਰ ਦਾ ਧਰਨੇ ਪਿਛਾ ਕੇ ਸਾਡਾ ਪਾਣੀ ਇਹਨਾਂ ਦਿਮਾਗ ਦੇਖੋ ਇਹਨਾਂ ਦਾ ਕੰਮ ਕਰਦਾ ਗਦਿਆਂ ਦਾ ਫਿਰ ਪਹਿਲਾ ਪੰਜਾਬ ਅੱਧਾ ਪਾਕਿਸਤਾਨ ਵਿੱਚ ਚਲੇ ਗਿਆ ਬੰਡ ਦੇ ਟਾਈਮ ਦੇ ਉਸਤੇ ਫਿਰ ਪੰਜਾਬ ਦੇ ਵਿੱਚ ਹਰਿਆਣਾ ਚ ਨਿਕਲਿਆ ਬਾਹਰ ਠੀਕ ਆ ਉਦੋਂ ਇਹ ਬੋਲੇ ਬਾਲੇ ਕੋਈ ਰੋਲੀ ਨਹੀਂ ਪਾਈ ਇਹਨਾਂ ਨੇ ਫਿਰ ਹਿਮਾਚਲ ਨਿਕਲਿਆ ਕੋਈ ਰੋਲੀ ਨਹੀਂ ਪਾਈ ਵੀ ਪੰਜਾਬ ਸਾਡਾ ਛੋਟਾ ਹੋ ਗਿਆ ਠੀਕ ਆ ਸਾਡਾ ਪੰਜਾਬ ਵੱਡਾ ਹੀ ਕਰਕੇ ਦੋ ਜਿੱਡਾ ਸੀ ਪਹਿਲਾਂ ਕੋਈ ਨਹੀਂ ਬੋਲੇ ਇੱਕਾ ਚੰਡੀਗੜ੍ਹ ਦਾ ਰੌਲਾ ਰੌਲੀ ਪਾ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਹਰਿਆਣਾ ਨਿਕਲਿਆ ਰੌਲੀ ਨੇ ਪਾਈ ਹਿਮਾਚਲ ਨਿਕਲਿਆ ਰੌਲੀ ਨੇ ਪਾਈ ਪਾਕਿਸਤਾਨ ਵਾਲਾ ਪੰਜਾਬ ਦਾ ਰੌਲੀ ਨੇ ਪਾਈ ਐਨਾ ਚੰਡੀਗੜ੍ਹ ਨੇ ਪੰਜਾਬ ਨੂੰ ਦਿੱਤਾ ਜਾਵੇ ਅਸੂਝ ਇਹਨਾਂ ਦੀ ਇਹਨਾਂ ਅਨਪੜ੍ਹਣ ਗਧਿਆਂ ਨੇ ਦੇਸ਼ ਚਲਾਉਣਾ ਇਹ ਮੰਤਰੀ ਹੁਣੇ ਚਾਹੀਦੇ ਨੇ ਜੀ ਆਹਾ ਅਜਿਹੇ ਮੰਗਾ ਮੰਗਦੇ ਨੇ ਚੰਡੀਗੜ੍ਹ ਪੰਜਾਬ ਨੂੰ ਦੱਸ ਤਾ ਮੰਗਾ ਦੇਖੋ ਤੁਸੀਂ ਬਈ ਚੰਡੀਗੜ੍ਹ ਪੰਜਾਬ ਵਿੱਚ ਹੈ ਚੰਡੀਗੜ੍ਹ ਹਿਮਾਚਲ ਕੋਲ ਹੈ ਚੰਡੀਗੜ੍ਹ ਹਰਿਆਣੇ ਦਾ ਹੈ ਤੇ ਹੈ ਤਾਂ ਇੰਡੀਆ ਦਾ ਹੀ ਆ ਸਾਡਾ ਹੀ ਆ ਸਾਂਝਾ ਹੀ ਆ ਸਾਰਾ ਉਹ ਵੀ ਹਾਂ ਤੁਸੀਂ ਵੀ ਜਾਓ ਅਸੀਂ ਵੀ ਜਾਈਏ ਜੋ ਸਮਾਨ ਸੋਣ ਖਰੀਦਣਾ ਖਰੀਦ ਲਿਆ ਜਾ ਕੇ ਉਹ ਕਹਿੰਦੇ ਵੀ ਤੁਸੀਂ ਵੀਜ਼ਾ ਲੈ ਕੇ ਆਉਣਾ ਇੱਥੇ ਦਾ ਜਿੱਥੇ ਹੈਗਾ ਰਹਿਣ ਦੇ ਹਾਂ ਇਦਾਂ ਹੈ ਭਈ ਇੰਡੀਆ ਤੋਂ ਬਾਹਰ ਕੱਢ ਕੇ ਬੰਗਲਾਦੇਸ਼ ਦੇ ਵਿੱਚ ਬਾੜ ਦੱਤਾ ਕਰਿਆ ਹੈ। ਹਾਂ ਤਾਂ ਪੰਜਾਬ ਨੂੰ ਦੇ ਦਿਓ ਚੰਡੀਗੜ ਮੰਗਾ ਵੇਖੋ ਇਹਨਾਂ ਨੇ ਕਿਹੜੀਆਂ ਮੰਗਾਂ ਦੇ ਨੇ। ਕੋਈ ਵੀ ਇਹਨਾਂ ਦੇ ਮੰਗ ਚੰਗੀ ਨਹੀਂ ਮੰਗਣੀ ਹੈਗੀ। ਤੇ ਉਹ ਵੀਜ਼ਾ ਲੈ ਕੇ ਜਾਣਾ ਪਊ। ਹੈ ਜੇ ਹਮਾਚਲ ਚ ਕਰ ਦਿੱਤਾ ਤੁਹਾਨੂੰ। ਜਿੱਦਾਂ ਦਾ ਹੈਗਾ ਉਦੋਂ ਦਾ ਹੀ ਰਹਿਣਾ ਉਹ। ਇਹਨਾਂ ਬੇਲਿਆਂ ਨੂੰ ਕੰਮ ਨੇ ਜਿੰਨੇ ਧਰਨੇ ਲਾਉਂਦੇ ਨੇ ਚੱਕੇ ਅੰਦਰ ਕਰ ਕੀਤਾ 10 ਸਾਲ ਤਾਈਂ ਛੱਡਣੇ ਨਹੀਂ ਚਾਹੀਦੇ ਬਾਹਰ ਇਹ ਗਵਰਨਮੈਂਟ ਦੇ ਕੰਮਾਂ ਦੇ ਵਿੱਚ ਬਿਗਨ ਪਾਉਂਦੇ ਨੇ ਬੰਦੇ ਇਹਨਾਂ ਦੀ ਜ਼ਰੂਰਤ ਤੇ ਕੋਈ ਨਹੀਂ ਬੇਲਣਾਂ ਨੇ ਇਹਨਾਂ ਛੱਤਰ ਉਹ ਫਿਰਨਾ ਚਾਹੀਦਾ ਟਕਾ ਟਕਾ ਕੇ ਮੁੜ ਕੇ ਧਰਨੇ ਵੱਲ ਜਾਣਾ ਹੀ ਨਹੀਂ ਚਾਹੀਦੇ ਹੈਗੇ ਸਾਡਾ ਪਾਣੀ ਜੇ ਉਹ ਆਪਣੇ ਇੰਡੀਆ ਦੇ ਲੋਕ ਨਹੀਂ ਕਿ ਹਿਮਾਚਲ ਵਾਲੇ ਆਪਣੇ ਹਰਿਆਣੇ ਦੇ ਆਪਣੇ ਦੂਸਰੇ ਹੋਏ ਕੀ ਕਹਿੰਦੇ ਨੇ ਉਹਨੂੰ ਰਾਜਸਥਾਨ ਦਾ ਉਹ ਸਾਡੇ ਇੰਡੀਅਨ ਬੰਦੇ ਨਹੀਂ ਕਹਿਆ ਕਿ ਜੇ ਪਾਣੀ ਉਹ ਲੈ ਕੇ ਥੋੜਾ ਬਹੁਤਾ ਪ੍ਰੋਨਮ ਕੀ ਪੈਂਦੀ ਹੈ ਤੇ ਤੁਸੀਂ ਸੀਵਰੇਜ ਸਿਸਟਮ ਕਰੋ ਆਪਣਾ ਪਾਣੀ ਜਿਹੜਾ ਵੇਸਟ ਹੁੰਦਾ ਥੋੜਾ ਉਹਨੂੰ ਸਾਫ਼ ਕਰੋ ਤਾਂ ਪਾਣੀ ਤਾਂ ਉੱਦੇ ਨਹੀਂ ਮੱਕਦਾ ਹੈਗਾ ਪਾਣੀ ਤੁਹਾਨੂੰ ਵਰਤਣਾ ਹੀ ਨਹੀਂ ਆਉਂਦਾ ਹੈਗਾ ਸਿਰਫ ਨਾਰੇ ਮਾਰਨੇ ਆਉਂਦੇ ਨੇ ਬਹਿ ਜਾਂਦੇ ਨੇ ਨਾਰੇ ਮਾਰ ਕੇ ਮੈਂ ਦਾ ਰੁਕੂਗਾ ਨਾ ਕਹਿੰਦਾ ਮੈਂ ਦਾ ਹਰਿਆਣੇ ਨੂੰ ਆ ਪਾਣੀ ਜਿੰਨਾ ਸਾਡਾ ਕਲੀਨ ਪਾਣੀ ਉਹ ਵੀ ਲੈ ਜਾ ਤੂੰ ਆਪਣਾ ਸਾਫ ਕਰ ਪਾਣੀ ਜਿੰਨਾ ਹੈਗਾ ਖਰਾਬ ਬੇਸਟ ਕਰ ਦੇ ਤੇਰਾ ਬਹੁਤ ਵਧੀਆ ਸਰੀ ਜਣਾ ਤੁਹਾਡਾ ਵਾਹ ਕੰਮ ਕਰਦੇ ਹੋ ਜੀ ਨਾ ਕੋਈ ਇਹਨਾਂ ਨੂੰ ਵਕਾਲਾ ਨਾ ਕੋਈ ਬਾਸਟਰ ਸੋਚ ਦੇਖੋ ਇਹ ਨਾ ਪਿਆ 50000 ਲੀਟਰ ਦੇ ਨਾਲ ਤਾਂ ਹਨਾ ਇੱਕ ਬਲੈਚ ਹੀ ਨਾਉਂਦਾ ਪਾਣੀ ਦੇ ਵਿੱਚ ਅੰਗਲੈਂਡ ਤੋਂ ਆਣ ਕੇ ਪਹਿਲਾ ਪਹਿਲਾਂ ਅੰਗਲੈਂਡ ਹੀ ਆਉਂਦੇ ਹੁੰਦੇ ਸੀ ਕਿ ਕੋਈ ਪੈਂਡ ਦੇ ਵਿੱਚ ਇੱਕੋ ਹੀ ਬੰਦਾ ਆਉਂਦਾ ਹੁੰਦਾ ਸੀਗਾ ਪਹਿਲਾਂ ਨਲਕੇ ਥੱਲੇ ਉਹਨੇ ਨਹਾਉਣਾ ਜੇ ਸਾਨੂੰ ਲਾ ਲਾਣਾ ਉਹਨੇ ਨਲਕਾ ਗੇੜਨ ਤੇ ਉਦੋਂ ਉੱਠਦੇ ਹੁੰਦੇ ਸੀਗੇ ਨਲਕੇ ਥੱਲੇ ਜਿਆਦਾ ਨਲਕਾ ਪਾਣੀ ਛੱਡ ਗਿਆ ਜਾਂ ਬੰਦਾ ਖੌਤ ਥੱਕ ਗਿਆ ਇਹ ਨਹੀਂ ਸੀ ਕਹਿੰਦੇ ਹੁੰਦੇ ਬੱਸ ਕਰ ਤੇ ਜੇ ਪਾਣੀ ਘੱਟ ਹੋਣਾ ਤਾਂ ਇਹਨਾਂ ਨੂੰ ਬਾਹਰ ਨਹਾਉਣ ਜਾਣਾ ਇੰਜਣ ਦੇ ਉੱਤੇ ਮੋਟਰਾਂ ਘੱਟ ਹੁੰਦੀਆਂ ਸੀਗੀਆਂ ਨਾ ਇੰਜਣ ਚੱਲਦੇ ਹੁੰਦੇ ਸੀਗੇ ਤੇ ਗਣਾ ਮੈਨੂੰ ਉੱਥੇ ਨਾਲ ਆਇਆ ਉਹ ਜਾ ਕੇ ਫਿਰ ਇੱਕ ਜਣੇ ਨੇ ਤਾਂ ਤੌਲੀਆ ਚੱਕਣਾ ਇੱਕ ਜਣੇ ਨੇ ਸਾਬਣ ਦੀ ਇੱਕੀ ਹਾਥੇ ਫੜੀ ਹੋਣੀ ਇੱਕ ਜਣੇ ਸ਼ੈਂਪੂ ਤੇ ਇੱਕ ਜਣੇ ਹੋਰ ਇਹਦੇ ਕੱਪੜੇ ਚੱਕੇ ਹੋਣੇ ਪੰਜ ਛੇ ਕੁ ਬੰਦੇ ਨਾਲ ਇਹਦੇ ਜਾਂਦੇ ਹੁੰਦੇ ਖੂਦ ਉੱਤੇ ਇਹਨੂੰ ਨਹਾਉਣ ਉੱਥੇ ਫਿਰ ਇੰਜਣ ਨੂੰ ਗੇੜਾ ਦੇਣਾ ਠੀਕ ਆ ਪਹਿਲੇ ਦਾ ਸਾਲਾ ਸਟਾਰਟ ਇਹਨੂੰ ਹੁਣ ਦੋ ਟੱਕਾ ਸਾਂਗੀਆਂ ਫੋਟੋ ਤੇ ਧੂਆ ਜਾਂ ਕੱਚਾ ਜਾਂ کارਕੋਰ ਕੇ ਸਾਲਾ ਫੇਰ ਬੰਦ ਹੋ ਜਾਣਾ ਫੇਰ ਉਹਨੂੰ ਅੱਗ ਵਾਲਕੇ ਸਟਾਰਟ ਕਰਦੇ ਹੁੰਦੇ ਜਿਹੜੇ ਪੁਰਾਣੇ ਬੰਦੇ ਉਹਨਾਂ ਨੂੰ ਪਤਾ ਠੀਕ ਹੈ ਨੇ ਕੱਪੜਾ ਲੈ ਕੇ ਹਨਾ ਤੇਲ ਵਾਲਾ ਨੂੰ ਅੱਗ ਲਾਉਣ ਉਹਦੇ ਉੱਤੇ ਰੱਖਣਾ ਇੱਕ ਨੇ ਅਗੇੜੇ ਦੇਣਾ ਫੇਰ ਉਹਨੇ ਛੱਡਣਾ ਫੇਰ ਅੱਗ ਦੇ ਨਾਲ ਗਰਮ ਹੋ ਕੇ ਛੇਤੀ ਸਟਾਰਟ ਹੋ ਜਾਂਦਾ ਸਗਾ ਤੇ ਫੇਰ ਉਹਨੇ ਧੂਆ ਮਾਰਨਾ ਕੱਚਾ ਵਾਲੇ ਦਵਾਲੇ ਨਾਲ ਸੜ ਬਲੇਸੀਆ ਲੱਪਣਾ ਨਾ ਬੰਦਾ ਦਿਸਣਾ ਕੋਈ ਨਾ ਹੋਰ ਕੋਤੇ 4-5 ਮਿੰਟ ਦਾ ਧੂਏ ਦੇ ਵਿੱਚ ਗੋਮ ਮਸੂਤ ਮੱਝਾ ਹੋਏ ਹੁੰਦੇ ਸੀ ਬੰਦਾ ਚਲੋ ਤੇ ਫੇਰ ਉਹਨੇ ਪਾਣੀ ਸਾਲੇ ਨੇ ਛੱਡ ਜਾਣਾ ਵਿੱਚ ਚੱਕਣਾ ਇਹਨਾਂ ਦਾ ਸਟਾਰਟ ਹੋ ਜਾਣਾ ਇੰਜਣ ਹਾਂ ਫੇਰ ਕਿਤੇ ਉਹਨੇ ਆ ਕੇ ਪਾਣੀ ਦੀਆਂ ਪੰਜ ਬਾਲਟੀਆਂ ਧਾਰ ਵਿੱਚ ਪਾਉਣੀਆਂ ਜਾ ਕੇ ਤੇ ਫੇਰ ਉਹ ਪਟਾ ਇੱਧਰ ਉੱਧਰ ਕਰ ਕਰਕੇ ਦੂਸਰੇ ਪਾਸੇ ਪੂਲੀ ਚਾਰਟ ਚੂੜ ਕੇ ਫੇਰ ਪਾਣੀ ਚੱਕਣਾ ਫੇਰ ਗੰਦਾ ਜਾ ਪਾਣੀ ਆਉਣਾ ਚੱਲ ਕੋਈ ਗੱਲ ਨਹੀਂ ਠੀਕ ਹੈ ਤੇ ਫੇਰ ਚਲਾ ਭਰਨਾ 30000 ਲੀਟਰ ਨਾਲ 25000 ਚਲਾ ਭਰਦਾ ਹਾਂ ਫੇਰ ਇਹਨੇ ਜਾ ਕੇ ਉਹਦੇ ਵਿੱਚ ਪੜਨਾ ਬਲੈਚੀਨ ਠੀਕ ਹੈ ਫਿਰ ਕੱਲ ਵੀ ਪਾਣੀ ਦਿੱਤਾ ਹੁੰਦਾ ਕਿ ਆਰੇ ਨੂੰ ਚਟਾਲੇ ਦੇ ਨੂੰ ਤੇ ਬਲੈਚੀਨ ਣਾਉਣਾ ਅੱਜ ਲੈ ਕੇ ਜਾਣਾ ਤਾਂ ਫੇਰ ਚਟਾਲੇ ਨੂੰ ਉਸੇ ਨੂੰ ਫੇਰ ਪਾਣੀ ਲਾਉਣਾ ਆ ਇਹ 50000 ਲੀਟਰ ਪਾਣੀ ਬਾਣੀ ਜਾਂਦਾ ਜਿਆਦਾ ਹੀ ਬਾਉਣਾ ਠੀਕ ਨੇ ਇਹ ਹਿਸਾਬ ਲਾ ਲਓ ਤੁਸੀਂ ਫੇਰ ਇਹ ਸਿਰ ਥੱਲੇ ਕਰਨਾ ਨੇ ਧਾਰ ਦੇ ਬਲੈਚੀਨ ਇੰਗਲੈਂਡ ਗਿਆ ਜਾ ਕੇ ਉੱਥੇ ਨਾ ਇਤੋਂ ਅੱਡਾ ਖਰਬੂਜੇ ਨਾਲੋਂ ਵੱਡਾ ਸਿਰ ਹੁਣ ਉਹ ਧਾਰ ਥੱਲੇ 10 ਤੋਂ 15 ਮਿੰਟੇ ਨੇ ਰੱਖੀ ਰੱਖਣਾ ਤੇ ਪਾਣੀ ਜਿੰਨਾ ਵੀ ਸਾਰਾ ਖਲਾਰਾ ਧਾਰ ਦਾ ਵਾਲੇ ਦੋਆਲੇ ਪੈ ਜਾਂਦਾ 5-7 ਕਾਉਂਟਰ ਪਾਣੀ ਉਹ ਵੇਸਟ ਹੋ ਜਾਂਦਾ ਹੈ ਤੇ ਜਿੰਨੇ ਬਲੈਤਿਆਂ ਨੇ ਕਰੋੜਾਂ ਦੇ ਹਿਸਾਬ ਨਾਲ ਪਾਣੀ ਦਾ ਇਹ ਲੀਟਰ ਵੇਸਟ ਕਰਦੇ ਨੇ ਉਥੇ ਨਹਾਉਣ ਗਏ ਸਿਰਫ ਠੀਕ ਹੈ ਇਹ ਲਾ ਲਓ ਹਿਸਾਬ ਤੁਸੀਂ ਇੱਧਰ ਆਪ ਇੰਗਲੈਂਡ ਦੀ ਆਪਣੀ ਕੰਟਰੀ ਦੇ ਬੱਚੇ ਬੈਠੇ ਹੁੰਦੇ ਨੇ ਤੇ ਇਹਨਾਂ ਨੇ ਆਹ ਹੁਣ ਸ਼ਾਵਰ ਸ਼ੂਵਰ ਲਵਾਇਆ ਮੈਨੂੰ ਪਤਾ ਤੇ ਇੱਕ ਬਾਲਟੀ ਰੱਖੀ ਹੁੰਦੀ ਇੱਕ ਚ ਗਰਮ ਪਾਣੀ ਉਹਦਾ ਇੱਕ ਠੰਡਾ ਉਹ ਇੱਕ ਬਾਲਟੀ ਭਰ ਕੇ ਹਨਾ ਉਹਦੇ ਨਾਲੇ ਨਹਾ ਲੈਂਦੇ ਨੇ ਹੈ ਇੰਨੀ ਕਦ ਕਟਾ ਪੀ ਜਾਂਦਾ ਪਾਣੀ ਉੱਥੇ ਸਾਡਾ ਤੇ ਹੁਣ ਇੰਨੀ ਕਦੇ ਨਾਲੇ ਨਹਾਉਣ ਲੱਗੇ ਉਹਨੇ ਤੇ 50000 ਲੀਟਰ ਵਾਲੇ ਇੰਡੀਆ ਜਾ ਕੇ ਨਹਾਉਂਦੇ ਨੇ ਤੇ ਫੇਰ ਕਹਦੇ ਪਾਣੀ ਸਾਡਾ ਬਚਤ ਨਹੀਂ ਹੋ ਰਹੀ ਪਾਣੀ ਵੇਸਟ ਹੁੰਦਾ ਆ ਲਾ ਲਿਓ ਸਾਬੇ ਨਾ ਦਾ ਕੀ ਹੁੰਦੇ ਹੈਗੇ ਇੱਕ ਬੰਦਾ ਕਮਾਉਂਦਾ 10 ਜਣੇ ਵਿਹਲੇ ਬੈਠੇ ਖਾਣ ਨੂੰ ਹੁੰਦੇ ਨੇ ਘਰੋ ਘਰ ਇਹੇ ਕੰਮ ਆ ਸਾਰੇ ਜ਼ਿਮੀਂਦਾਰਾਂ ਦੇ ਜਿੰਨੇ ਹੋਰ ਵੀ ਆਗੇ ਉਹਨਾਂ ਦਾ ਵੀ ਇਹੀ ਹਾਲ ਹੈ ਇੱਕ ਜਿਹੜਾ ਨੌਕਰੀ ਕਰਦਾ ਸੱਤ ਜਣੇ ਖਾਂਦੇ ਬਿੱਲੇ ਬੈਠ ਕੇ ਬੁੜੇ ਦੀ ਕਮਾਈ ਆ ਬੁੜਾ ਇਦਾਂ ਕਰਦਾ ਵੀ ਜਦ ਦਾ ਸਾਲਾ ਇਹ ਸੱਚ ਖੰਡ ਨਾ ਜਾ ਵੀ ਇੱਥੇ ਰਹੇ ਅਸੀਂ ਚਲੇ ਜਾਈਏ ਹਾਂ ਆ ਸੋਚ ਹੈ ਇਹਨਾਂ ਦੇ ਤੇ ਫੇਰ ਤਰੱਕੀ ਕੀ ਕਰਨੀ ਜਿੰਨਾ ਕੰਮ ਤੁਸੀਂ ਇੰਡੀਆ ਵਿੱਚ ਕਰੋ ਉੱਥੇ ਕੋਈ ਪਰੌਣ ਨਹੀਂ ਭਈਏ ਬਾਹਰੋਂ ਆਣ ਕੇ ਲੁਧਿਆਣੇ ਦੇ ਵਿੱਚ ਨੰਗ ਨਹੀਂ ਹੁੰਦਾ ਜਿੰਨੇ ਭਾਈਆ ਕੰਮ ਕਰਦੇ ਨੇ ਹਰ ਕੰਮ ਨੂੰ ਹੱਥ ਪਾਇਆ ਆ ਹਰ ਕੰਮ ਨੂੰ ਉਹਨਾਂ ਨੇ ਕੋਠੀਆਂ ਭਈਆਂ ਦੀ ਨਿਆਣੇ ਉਹਨਾਂ ਦੇ ਕੋਲ ਜਨ ਪੜਦੇ ਨੇ ਗੱਡੀਆਂ ਮਹਿੰਗੀਆਂ ਮਹਿੰਗੀਆਂ ਉਹਨਾਂ ਦੇ ਕੋਲ ਹੈ ਠੀਕ ਹੈ ਇੱਥੇ ਪੰਜਾਬ ਚ ਹੀ ਕੰਮ ਕਰਕੇ ਉਹਨਾਂ ਨੇ ਬਣਾਇਆ ਸਾਰਾ ਕੁਝ ਉਹ ਪੰਜਾਬ ਵਿੱਚ ਰਹਿ ਕੇ ਉਹਨਾਂ ਨੂੰ ਸ਼ਰਮ ਨਹੀਂ ਗਈ ਹੈਗੀ ਉਹ ਮਿਹਨਤ ਕਰਦੇ ਨੇ ਤਾਂ ਉਹ ਅੱਗੇ ਆ ਜਾਂਦੇ ਨੇ ਸਾਨੂੰ ਸ਼ਰਮ ਇੱਥੇ ਆਉਂਦੀ ਹੈ ਅਸੀਂ ਇੱਥੇ ਕੰਮ ਨਹੀਂ ਕਰਦੇ ਬਾਹਰ ਆਣ ਕੇ ਅਸੀਂ ਇੱਥੇ ਆਣ ਕੇ ਅੱਗੇ ਹੋ ਜਾਂਦੇ ਠੀਕ ਹੈ ਆਹੀ ਫਰਕ ਹੈ ਮਕਾਨ ਮਕੂਨ ਲੈਣੇ ਫਿਰ ਇੱਥੇ 30 30 ਸਾਲ ਲੱਗ ਜਾਂਦੇ ਨੇ ਫ੍ਰੀ ਨਹੀਂ ਹੁੰਦਾ ਕੋਈ ਵੀ ਠੀਕ ਐ ਚਲੋ ਹੋਰ ਸਾਰਿਆਂ ਨੂੰ ਮੇਰੇ ਵੱਲੋਂ ਸਸਰੀ ਗੱਲ ਥੈਂਕ ਯੂ ਵੀਡੀਓ ਲੇਟ ਪਾਈ ਜੀ ਤੇ ਜਦ ਦੇਖਦੇ ਨਹੀਂ ਤੇ ਪਾਉਣੀ ਕੀ ਆ ਫਿਰ ਮੇਰੇ ਚੈਨਲ ਦਾ ਨਾਮ YouTube ਉੱਤੇ Parmjit Singh Shokkar Technology Main ਇਹਦੇ ਉੱਤੇ ਸਰਚ ਕਰੋਗੇ ਤੁਹਾਨੂੰ ਹਰ ਵੀਡੀਓ ਮਿਲਣੀ ਹੈ TikTok ਉੱਤੇ ਜਿਹੜੇ ਵੀਡੀਓ ਪਾਉਂਦੇ ਨੇ ਮੇਰੇ ਕੱਟ ਕੱਟ ਕੇ ਪਾਉਂਦੇ ਨੇ ਡੇਢ ਮਿੰਟ 2 ਮਿੰਟ ਦੇ ਉਹ ਨਾ ਜਾਵੋ ਮੈਂ ਹੁਣ ਤੁਹਾਨੂੰ ਦੱਸਦਾ ਹਰ ਵਾਰੀ ਦੱਸਾਂਗਾ ਠੀਕ ਐ ਉਹਦੇ ਉੱਤੇ ਨਾ ਜਾਵੋ ਫੇਸਬੁੱਕ ਉੱਤੇ ਆਉਂਦੀ ਆ YouTube ਉੱਤੇ ਆਉਂਦੀ ਆ ਮੇਰੇ ਚੈਨਲ ਦਾ ਇਹੀ ਨਾਮ ਆ ਮੈਨੂੰ ਨਾ ਬਾਰ-ਬਾਰ ਪੁੱਛਿਆ ਕਰੋ ਠੀਕ ਐ ਉਹਦੇ ਉੱਤੇ 300 ਤੋਂ ਉੱਤੇ ਵੀਡੀਓ ਪਈਓ ਪ੍ਰੋਪਰ ਵੀਡੀਓ ਦੇਖ ਲਿਆ ਕਰੋ ਕਈ ਕੱਟ-ਕੱਟ ਕੇ ਪਾਉਂਦੇ ਆ ਕੋਈ ਡਾਇਲੌਗ ਪਿੱਛੇ ਕਰਨਾ ਕੋਈ ਮੂਰੇ ਕਰ ਦਿੰਦੇ ਕਈ ਫਿਰ ਅਮਰੀਕਾ ਤੋਂ ਫੁੱਦੂ ਜੀ ਸਾਨੂੰ ਫੋਨ ਕਰਦੇ ਘੂਸੇ ਸਿਰੇ ਦੇ ਤੇ ਮੇਰੇ ਨਾਲ ਲੱਗੇ ਹੁੰਦੇ ਔਖੇ ਫੇਕੇ ਹੁਣ ਕੋਈ ਟਰੱਕ ਡਰਾਈਵਰ ਆ ਵਿੱਚ ਹੈਗਾ ਮੇਰੇ ਕੋਲ ਫੋਨ ਉਹਨਾਂ ਦਾ ਹੈਗਾ ਠੀਕ ਐ ਨਾ ਕੋਣ ਸਮਝਾਉਂਦੀ ਨਾ ਵਾਸਤਾ ਮੈਂ ਵੀਡੀਓ ਪਾਈ ਕੋਈ ਨਹੀਂ ਜੇ ਕੋਈ ਮੇਰੀ ਵੀਡੀਓ ਪਾਉਂਦਾ ਘੱਟ ਵੱਟ ਕੇ ਉਹਨੂੰ ਪੁੱਛ ਸਾਲੇ ਮੇਰੇ ਨੂੰ ਕਿਹੜੇ ਚੈਨਲ ਤੇ ਪਾਈ ਮੈਨੂੰ ਕਹਨੂੰ ਪੁੱਛਣਾ ਤੂੰ ਹੈ ਫਿਰ ਚੰਗੀ ਬੇਚਤੀ ਕਰਾ ਕੇ ਸਾਡੇ ਬਹਿ ਜਾਂਦੇ ਨੇ ਐਦਾਂ ਟਿਕਟੌਕ ਉੱਤੇ ਵੀਡੀਓ ਮੈਂ ਆਪਣੀ ਖੁਦ ਪਾਵਾਂਗਾ ਹੁਣ ਮੈਂ ਟਿਕਟੌਕ ਉੱਤੇ ਵੀ ਆਉਣਾ ਹੁਣ ਕਿਤੇ ਕਿਤੇ ਮੈਂ ਖੁਦ ਪਾਵਾਂਗਾ ਵੀਡੀਓ YouTube ਉੱਤੇ ਜਾਓ ਉੱਥੇ ਦੇਖੋ ਚੈਨਲ ਦਾ ਨਾਮ ਪਰਮਜੀਤ ਸਿੰਘ ਸ਼ੌਕਰ ਟੈਕਨੋਲੋਜੀ ਮੈਨ ਯਾਰ ਮਨ ਲਿਖ ਦਿਓ ਸਾਰੇ ਆਪਣੀ ਆਪਣੀ ਵੀਡੀਓ ਆ ਜਾਣੀ ਹੈ ਠੀਕ ਹੈ ਤੁਸੀਂ ਦੇਖਦੇ ਕੱਲੀ ਕੱਲੀ ਵੀਡੀਓ ਕੋਈ ਤੁਹਾਨੂੰ ਭੇਜ ਦੇਵੇ ਕੋਈ ਇੱਧਰ ਕਰ ਦੇ ਉਹ ਨਾ ਦੇਖੋ ਉਹ ਨਾ ਦੇਖੋ ਤੁਸੀਂ ਉੱਥੇ ਜਾਇਆ ਕਰੋ ਓਕੇ ਹੋਰ ਸਾਰਿਆਂ ਦਾ ਥੈਂਕ ਯੂ ਤੈਨਾਂ ਤੋਂ ਧੰਨਵਾਦ ਕਰਦਾ ਸਾਰੇ ਬੰਦਿਆਂ ਦਾ ਪੂਰੇ ਯੂਰਪੋ ਦਾ ਠੀਕ ਹੈ ਕਿ ਨਹੀਂ ਤੇ ਇਟਲੀ ਤੋਂ ਮੁੰਡੇ ਘੜੀ ਤੋਂ ਆ ਦੋ ਬਰਾਦਰ ਹੈ ਉਹਨਾਂ ਦਾ ਦੋਨੇ ਮਾਪੇ ਦਾ ਉਹ ਲੱਗੇ ਰਹਿੰਦੇ ਨੇ ਤੇ ਇਟਲੀ ਪੂਰੀ ਦਾ ਥੈਂਕ ਯੂ ਕਰਦਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦਾ ਹੁਣ ਤਹਿਲਕਾ ਬਹੁਤ ਪੈਂਦਾ YouTube ਆਪਣੇ ਟੈਕ ਟਾਕ ਉੱਤੇ ਠੀਕ ਹੈ ਸਾਰਿਆਂ ਦਾ ਥੈਂਕ ਯੂ ਜੋਗਾ ਤੇ ਦਾ ਤੁਹਾਨੂੰ ਆਦਾ OK ਬਾਈ ਬਾਈ